ਵੀ ਦੋਸਤੋ ਇਹ ਮਸ਼ੀਨ ਤੂੜੀ ਬਣਾਉਣ ਵਾਲੀ ਚੱਲ ਰਹੀ ਹੈ, ਡਰਾਈਵਰ ਦੀ ਤਨਖਾਹ ਇਹ ਹੈ ਕਿ ਇਹ 80 ਰੁਪਏ ਟਰਾਲੀ ਲੈਂਦਾ ਅਤੇ ਨਾਲ 100 ਰੁਪਇਆ ਅਲੱਗ ਸ਼ਾਮ ਨੂੰ। ਇਹਦਾ ਮਤਲਬ ਇਹ ਹੋਗਾ ਜੇ 10 ਟਰਾਲੀਆਂ ਬਣਾ ਦੇਵੇ ਡਰਾਈਵਰ ਤਾਂ ਇਹਦਾ 800 ਰੁਪਇਆ ਹੋ ਗਿਆ, ਅਤੇ ਬਾਕੀ ਡੀਜ਼ਲ ਦਾ ਖਰਚਾ ਅਤੇ ਹੋਰ ਖਰਚੇ ਕੱਢ ਕੇ ਸਾਰਾ ਕੁਛ ਕਰਕੇ ਇੱਕ ਟਰਾਲੀ ਦੇ ਜੋ ਮਾਲਕ ਨੇ ਲਗਭਗ 16 ਤੋਂ 1800 ਰੁਪਇਆ ਪ੍ਰਤੀ ਟਰਾਲੀ ਲੈਂਦੇ ਨੇ, ਜਿਹਦੇ 'ਚ ਜੋ ਲੇਬਰ ਹੈ 5-7 UP ਬਿਹਾਰ ਵਾਲੇ ਅਤੇ ਉਹ ਵੀ ਉਤਾਰਦੇ ਨੇ ਸਾਰਾ ਕੁਛ ਕਰਦੇ ਨੇ ਇਸੇ 16-17-1800 'ਚ। ਇਸ ਵੇਲੇ ਪੰਜਾਬ ਦੇ ਵਿੱਚ ਉਹੋ ਜਿਹੀਆਂ ਹਜ਼ਾਰਾਂ ਮਸ਼ੀਨਾਂ ਚੱਲ ਰਹੀਆਂ ਅਤੇ ਜੋ ਤੂੜੀ ਬਣਾ ਰਹੀਆਂ ਨੇ, ਤੁਸੀਂ ਵੇਖ ਰਹੇ ਹੋ ਤੂੜੀ ਬਣਾਉਣ ਦਾ ਸਿਸਟਮ। ਅਤੇ ਉਸ ਤੋਂ ਖਾਸ ਗੱਲ ਇਹ ਹੈ ਕਿ ਹੁਣ ਪਹਿਲਾਂ ਕੰਬਾਈਨ ਨੇ ਵੱਢੀ, ਫਿਰ ਉਡੀਕਦੇ ਰਹੇ ਕਿ ਤੂੜੀ ਬਣੂਗੀ, ਮੀਂਹ ਨੇ ਇਹ ਥੱਲੇ ਵਾਲਾ ਲਾਣ ਇਹ ਵੀ ਖਰਾਬ ਕੀਤਾ, ਅਤੇ ਹੁਣ ਜਿਹੜੀਆਂ ਨਵੀਆਂ ਮਸ਼ੀਨਾਂ ਆ ਰਹੀਆਂ ਨੇ ਉਹ ਚੇਨ ਵਾਲੀਆਂ ਮਸ਼ੀਨਾਂ ਨੇ, ਟੈਂਕ ਟਾਈਪ, ਉਹ ਨਾਲ ਦੀ ਨਾਲ ਕੱਢਦੀਆਂ ਵੀ ਨੇ ਅਤੇ ਨਾਲ ਤੂੜੀ ਵੀ ਬਣਾਉਂਦੀਆਂ ਨੇ। ਅਤੇ ਮੈਨੂੰ ਲੱਗਦਾ ਵੀ ਅੱਜ ਤੋਂ 5 ਸਾਲ ਬਾਅਦ ਇਹ ਮਸ਼ੀਨਾਂ ਸ਼ਾਇਦ ਨਾ ਚੱਲਣ, ਉਹ ਦੂਸਰੀਆਂ ਮਸ਼ੀਨਾਂ ਆ ਜਾਣ ਜਿਹੜੀਆਂ ਰੈਡੀਮੇਡ ਬਣਾਉਂਦੀਆਂ ਨੇ। ਕਰ ਰਹੀ ਹੈ ਇਹਦਾ ਮਤਲਬ ਇਹ ਹੈ ਵੀ ਇਹਦੇ ਵਿੱਚ ਕੁਛ ਤੂੜੀ ਫਸ ਜਾਂਦੀ ਹੈ ਅਤੇ ਫਿਰ ਇਹ ਜ਼ਬਰਦਸਤ ਆਵਾਜ਼ ਕਰਦੀ ਹੈ।